सत श्री अकाल जी सारे, मैं गुरप्रीत सिंह बाल निरपक्ष पोस्ट चैनल देख रहे सारे दर्शकों स्रोतियों का स्वागत करना। दोस्तों खबर है चंडीगढ़ की, जिथे प्रशासन की सेहत विभाग नाल मीटिंग हुई तो जिस दे विच तय किया गया कोरोना वायरस को लैके जी मीटिंग हुई सी, तो जिस दे विच तय किया गया कि जिहड़ा वीकेंड लॉकडाउन लगाया जाता सी चंडीगढ़ दे विच ओह हुण नहीं लगाया जाएगा। एक वड्डी राहत की खबर चंडीगढ़ वासियों वास्ते बाहर आई है कि हुण जिहड़ा वीकेंड लॉकडाउन यानी कि शनिवार एतवार जिहड़ा बंद हुंदा सीगा चंडीगढ़, हुण वीकेंड लॉकडाउन जिहड़ा आ ओह चंडीगढ़ दे विच नहीं लगाया जाएगा। एक बहुत वड्डी राहत की खबर चंडीगढ़ वासियों वास्ते, उत्थों दे लोकल लोगों वास्ते जिहड़े हुण चंडीगढ़ शनिवार एतवार भी जिहड़े बाहर कोई जरूरी कामां वास्ते जा सकदे ने। पहलां देखिया जाए तो शनिवार एतवार जिहड़ा शनिवार फ्राइडे शाम नूं यानी कि शुक्रवार शाम जिहड़ा लॉकडाउन लग जांदा सी, ते सोमवार सवेरे 5 बजे जाके जिहड़ा आ इह जिहड़ा लॉकडाउन उह खुलदा हुंदा सीगा, पर हुण शनिवार एतवार का कोई भी जिहड़ा लॉकडाउन आ ਉਹ ਚੰਡੀਗੜ੍ਹ ਦੇ ਵਿੱਚ ਨਹੀਂ ਐਲਾਨ ਕੀਤਾ ਗਿਆ। ਪਰ ਉੱਥੇ ਹੀ ਜਿਹੜਾ ਨਾਈਟ ਕਰਫਿਊ ਦੇ ਸਮੇਂ ਦੇ ਵਿੱਚ ਕਾਫੀ ਚੇਂਜਸ ਆਏ ਨੇ, ਹਫਤੇ ਦੇ ਵਿੱਚ ਤੀਜਾ ਚੇਂਜ ਹੈ ਵੀ ਜਿਹੜਾ ਲਗਾਤਾਰ ਤੀਜਾ ਚੇਂਜ ਕੀਤਾ। ਕੱਲ ਦੇਖੀ ਜਿਹੜਾ ਸਮਾਂ ਸੀਗਾ ਉਹ ਕਿਤੇ ਨਾ ਕਿਤੇ ਪਹਿਲਾਂ 10 ਸੀਗਾ, ਉਹ ਫਿਰ 9 ਕਰ ਦਿੱਤਾ ਗਿਆ ਸੀਗਾ, ਫਿਰ 8 ਕਰ ਦਿੱਤਾ ਗਿਆ ਸੀਗਾ, ਫਿਰ 10 ਕਰ ਦਿੱਤਾ ਗਿਆ ਸੀ ਯਾਨੀ ਕੱਲ 10 ਕਰ ਦਿੱਤਾ ਸੀ, ਪਰ ਹੁਣ ਫਿਰ ਚੇਂਜ ਕਰ ਦਿੱਤਾ ਗਿਆ ਆ। ਹੁਣ ਨਵੀਂ ਗਾਈਡਲਾਈਨਸ ਇਹ ਨੇ ਕਿ 9 ਵਜੇ ਤੋਂ ਜਿਹੜਾ ਚੰਡੀਗੜ੍ਹ ਦੇ ਵਿੱਚ ਕਰਫਿਊ ਨਾਈਟ ਕਰਫਿਊ ਜਿਹੜਾ ਆ ਉਹ ਲਗਾਇਆ ਜਾਵੇਗਾ। ਉੱਥੇ ਜੇ ਗੱਲ ਕਰੀਏ ਜਿਹੜੇ ਘੁੰਮਣ ਦਾ ਸ਼ੌਂਕ ਰੱਖਦੇ ਨੇ, ਕਿਉਂਕਿ ਸੁਖਨਾ ਲੇਕ ਦੀ ਗੱਲ ਕਰੀਏ, ਰੌਕ ਗਾਰਡਨ ਦੀ ਗੱਲ ਕਰੀਏ, ਤਾਂ ਅਕਸਰ ਲੋਕ ਉੱਥੇ ਪਰਿਵਾਰ ਸਮੇਤ ਟਹਿਲਣ ਜਾਂਦੇ ਨੇ, ਫੋਟੋਆਂ ਖਿੱਚਦੇ ਨੇ, ਉੱਥੇ ਆਪਣਾ ਸਮਾਂ ਬਤੀਤ ਕਰਦੇ ਨੇ। ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਕਿ ਸੁਖਨਾ ਲੇਕ ਸ਼ਨੀਵਾਰ ਐਤਵਾਰ ਵਾਲੇ ਦਿਨ ਬੰਦ ਹੋਵੇਗੀ, ਯਾਨੀ ਕਿ ਕਿਸੇ ਨੂੰ ਵੀ ਸੁਖਨਾ ਲੇਕ ਵੱਲ ਜਾਣ ਦੀ ਜਿਹੜੀ ਅਨੁਮਤੀ ਹੈ ਉਹ ਨਹੀਂ ਦਿੱਤੀ ਜਾਵੇਗੀ। ਜੇ ਕੋਈ ਇਹ ਗਾਈਡਲਾਈਨਸ ਦਾ ਪਾਲਣਾ ਨਹੀਂ ਕਰਦਾ ਤਾਂ ਉਹਨਾਂ ਦੇ ਖਿਲਾਫ਼ ਪ੍ਰਸ਼ਾਸਨ ਚੰਡੀਗੜ੍ਹ ਪ੍ਰਸ਼ਾਸਨ ਸਖਤ ਕਾਰਵਾਈ ਵੀ ਕਰ ਸਕਦਾ ਹੈ। ਉੱਥੇ ਜੇ ਮੈਂ ਕੇਸਿਸ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਕੁੱਲ ਤਕਰੀਬਨ ਹੁਣ ਤੱਕ ਜਿਹੜੇ ਬੀਤੇ ਸਮੇਂ ਯਾਨੀ ਬੀਤੇ 24 ਘੰਟੇ ਦੀ ਗੱਲ ਕਰਾਂ, ਬੁੱਧਵਾਰ ਦੇ ਜਿਹੜੇ ਅੰਕੜੇ ਸਾਹਮਣੇ ਆਏ ਨੇ ਹੈਗੇ 5450 ਜਿਹੜੇ ਨਵੇਂ ਅੰਕੜੇ ਜਿਹੜੇ ਸੀ ਇੱਕ ਦਿਨ ਦੇ ਵਿੱਚ ਜਿਹੜੇ ਸਾਹਮਣੇ ਆਏ ਸੀ। ਕੁੱਲ ਅੰਕੜੇ ਦੇ ਵਿੱਚ ਦੇਖੀਏ ਤਾਂ ਕੁੱਲ ਟੋਟਲ ਜਿਹੜੇ ਕੇਸਿਸ ਹੋ ਚੁੱਕੇ ਨੇ 3,20,000 ਤੋਂ ਵੱਧ। ਉੱਥੇ ਮੌਤਾਂ ਜਿਹੜੀਆਂ ਨੇ ਉਹ 75 ਮੌਤਾਂ ਜਿਹੜੇ ਪਿਛਲੇ 24 ਘੰਟੇ ਦੇ ਵਿੱਚ ਰਿਕਾਰਡ ਕੀਤੀਆਂ ਗਈਆਂ ਨੇ, ਪਰ ਉਸ ਤੋਂ ਇਲਾਵਾ ਜੇ ਕੁੱਲ ਮੌਤਾਂ ਦੀ ਗੱਲ ਕਰੀਏ ਤਾਂ 8,190 ਦੇ ਕਰੀਬ ਜਿਹੜੀਆਂ ਨੇ ਉਹ ਮੌਤਾਂ ਕੁੱਲ ਪੰਜਾਬ ਦੇ ਵਿੱਚ ਪੰਜਾਬ ਸੂਬੇ ਦੇ ਵਿੱਚ ਹੋ ਚੁੱਕੀਆਂ ਨੇ। ਉੱਥੇ ਪੰਜਾਬ ਸੂਬੇ ਦੇ ਵਿੱਚ ਪਰ ਜੇ ਗੱਲ ਕਰੀਏ ਤਾਂ ਪੰਜਾਬ ਸੂਬੇ ਦੇ ਵਿੱਚ ਕੋਈ ਵੀ ਨਵੀਂ ਗਾਈਡਲਾਈਨਸ ਹਜੇ ਜਾਰੀ ਨਹੀਂ ਕੀਤੀ ਗਈ ਹੈ। ਹਾਲਾਂਕਿ ਚੰਡੀਗੜ੍ਹ ਦੇ ਵਿੱਚ ਇਹ ਚੀਜ਼ ਜ਼ਰੂਰ ਕਹੀ ਜਾ ਰਹੀ ਸੀ ਕਿ ਹੋ ਸਕਦਾ ਕਿ ਪੂਰੇ ਹਫ਼ਤੇ ਦਾ ਜਿਹੜਾ ਲੌਕਡਾਊਨ ਐਲਾਨ ਕੀਤਾ ਜਾ ਸਕਦਾ, ਪਰ ਅੱਜ ਦੀ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਕੋਈ ਵੀ ਵੀਕ ਲੌਕਡਾਊਨ ਜਿਹੜਾ ਆ ਯਾਨੀ ਕਿ ਇੱਕ ਹਫ਼ਤੇ ਦਾ ਕੋਈ ਵੀ ਲੌਕਡਾਊਨ ਜਿਹੜਾ ਨਹੀਂ ਲਗਾਇਆ ਜਾਵੇਗਾ। ਹਾਂ, ਕੁਛ ਹੇਰ ਫੇਰ ਜ਼ਰੂਰ ਕੀਤਾ ਹੈ, ਕੁਛ ਰਾਹਤ ਦੀ ਖਬਰ ਵੀ ਦਿੱਤੀ ਹੈ ਜਿਵੇਂ ਕਿ ਵੀਕਐਂਡ ਲੌਕਡਾਊਨ ਜਿਹੜਾ ਸੀਗਾ ਉਸਨੂੰ ਹਟਾ ਦਿੱਤਾ ਗਿਆ ਆ, ਪਰ ਨਾਈਟ ਕਰਫਿਊ ਦੇ ਟਾਈਮ ਦੇ ਵਿੱਚ ਜਿਹੜਾ ਫਿਰ ਤੋਂ ਇੱਕ ਵਾਰ ਵਾਅਦਾ ਕਰ ਦਿੱਤਾ ਆ, ਦੱਸ ਦਈਏ ਕਿ ਤੀਸਰੀ ਵਾਰ ਲਗਾਤਾਰ ਇੱਕ ਹਫ਼ਤੇ ਦੇ ਵਿੱਚ ਜਿਹੜਾ ਆ ਸਮੇਂ ਦੇ ਵਿੱਚ ਵਾਅਦਾ ਕੀਤਾ ਗਿਆ ਆ। ਉੱਥੇ ਵੈਕਸੀਨੇਸ਼ਨ ਦੀ ਜੇ ਮੈਂ ਗੱਲ ਕਰਾਂ ਤਾਂ ਵੈਕਸੀਨੇਸ਼ਨ ਦੇ ਹੁਣ ਤੱਕ ਘੱਟੋ ਘੱਟ ਜਿਹੜੀ ਫੁੱਲੀ ਵੈਕਸੀਨੇਟਡ ਜਿਹੜੇ ਲੋਕ ਹੋ ਚੁੱਕੇ ਨੇ ਉਹਨਾਂ ਦੀ ਗਿਣਤੀ ਹੋ ਗਈ ਹੈ 1,91,70,340, ਜੇ ਉੱਥੇ ਹੀ ਘੱਟੋ ਘੱਟ ਯਾਨੀ ਕਿ ਜਿਹੜੀ ਪਹਿਲੀ ਡੋਜ਼ ਜਿਹੜੇ ਵਿਅਕਤੀਆਂ ਨੇ ਲਗਵਾ ਲਈ ਹੈ ਉਹਨਾਂ ਦਾ ਅੰਕੜਾ ਹੈ ਜੀ 11,35,84,270, ਯਾਨੀ ਕਿ ਪਹਿਲੀ ਡੋਜ਼ ਜਿਹੜੇ ਲੋਕਾਂ ਨੇ ਲਗਵਾ ਲਈ ਹੈ ਉਹਨਾਂ ਦਾ ਅੰਕੜਾ ਮੈਂ ਦੱਸ ਦਿੱਤਾ ਆ। ਉੱਥੇ ਹੀ ਵੈਕਸੀਨੇਸ਼ਨ ਦਾ ਜਿਹੜਾ ਪ੍ਰੋਸੈਸ ਉਸਨੂੰ ਵੀ ਦਿਨੋਂ ਦਿਨ ਤੇਜ਼ ਕਰਨ ਦੀ ਜਿਹੜੀ ਆ ਹੁਣ ਗੱਲਬਾਤ ਚੱਲ ਰਹੀ ਹੈ। 1 ਮਈ ਤੋਂ ਜਿਹੜੇ 18 ਸਾਲ ਤੋਂ ਵੱਧ ਨੌਜਵਾਨ ਜਿਹੜੇ ਨੇ ਵਿਅਕਤੀ ਨੇ ਉਹਨਾਂ ਨੂੰ ਵੀ ਜਿਹੜੀ ਆ ਡੋਜ਼ ਲਗਾ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੀ ਇਹ ਵੈਕਸੀਨੇਸ਼ਨ ਦਾ ਜਿਹੜਾ ਦੌਰ ਇਸ ਨੂੰ ਹੋਰ ਤੇਜ਼ ਕੀਤਾ ਜਾਵੇ, ਵੱਧ ਤੋਂ ਵੱਧ ਯੂਥ ਨੂੰ ਵੀ ਇਸ ਚੀਜ਼ ਦੇ ਵਿੱਚ ਪ੍ਰੇਰਿਤ ਕੀਤਾ ਜਾਵੇ ਕਿ ਤਾਂ ਕਿ ਯੂਥ ਵੀ ਵੱਧ ਤੋਂ ਵੱਧ ਜਿਹੜਾ ਆ ਕੋਰੋਨਾ ਵਾਇਰਸ ਵਰਗੀ ਜਿਹੜੀ ਇਹ ਮਹਾਮਾਰੀ ਤੋਂ ਨਜਾਤ ਪਾਵੇ, ਵੈਕਸੀਨੇਸ਼ਨ ਲਗਵਾਵੇ ਤਾਂ ਕਿ ਇਸ ਬਿਮਾਰੀ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ। ਉਮੀਦ ਕਰਦੇ ਹਾਂ ਦੋਸਤੋ ਅਪਡੇਟ ਚੰਗੀ ਲੱਗੀ ਹੋਊਗੀ, ਹੋਰ ਇਹੋ ਜਿਹੀ ਅਪਡੇਟਸ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲ ਨੂੰ ਦਿਓ ਇਜਾਜ਼ਤ, ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ, ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।